ਆ ਮਸਾਨਾ ਠੀਕ ਆ। ਮੈਂ ਜਿਹੜੇ ਪਿੰਡ ਜਾਵਾਂ ਨਾ, ਮੈਂ ਜੱਟਾਂ ਨੂੰ ਪੁੱਛਦਾ ਯਾਰ ਮੱਝ ਸੂਈ ਹੈ ਬੋਲੀ ਲਿਆਓ, ਮੈਂ ਬੋਲੀ ਖਾਣਾ ਹੈ, ਤਾਂ ਦਿਮਾਗ ਚੱਲਦਾ ਹੈ, ਤਾਕਤਵਰ ਹੁੰਦੀ ਹੈ। ਹਾਂਜੀ ਇਹ ਮੁੰਡਿਆਂ ਨੇ ਮੈਂ ਮਲਾਈ ਵਾਲਾ ਦੁੱਧ ਨਹੀਂ ਪੀਣਾ, ਮੈਨੂੰ ਉਲਟੀ ਆਉਂਦੀ ਹੈ, ਹੈਂ ਉਲਟੀ ਆਉਂਦੀ ਹੈ। ਜਦੋਂ ਕੁੜੀਆਂ ਨਾਲ ਤਿੰਨ ਤਿੰਨ ਘੰਟੇ ਗੱਲਾਂ ਕਰਨਾ ਉਦੋਂ ਤੈਨੂੰ ਉਲਟੀ ਨਹੀਂ ਆਉਂਦੀ, ਹਾਂ ਉਦੋਂ ਨਹੀਂ ਤੈਨੂੰ, ਉਦੋਂ ਤੇ ਅੱਲਾਹ ਦੀ ਕਸਮੇ ਕੰਬਲ 'ਚ ਲੱਗੇ ਹੁੰਦੇ ਨੇ, ਆਹਿਸਤਾ ਬੋਲੇ ਪਾਪਾ ਸੁਣੀਗੇ ਮਾਮਾ ਸੁਣੀਗੇ ਆਹਿਸਤਾ ਬੋਲੇ, ਉੱਥੇ ਕੰਬਲ 'ਚ ਇਹਨਾਂ ਨੂੰ ਆਵਾਜ਼ਾਂ ਆਉਂਦੀਆਂ ਨੇ। ਅਤੇ ਇੱਥੇ ਮਾਂ ਪਿਓ ਆਖੇ ਨਾ ਬਈ ਕਿੱਲੇ ਨੂੰ ਪਾਣੀ ਬੰਨਿਆ, ਆਬਾ ਮੈਨੂੰ ਸੁਣਿਆ ਨਹੀਂ ਗਿਆ। ਅੱਛਾ ਕਿੱਲੇ ਨੂੰ ਪਾਣੀ ਬੰਨਣ ਜਾਣਾ ਮੂੰਹਾਂ ਮੋੜਨ 'ਤੇ ਉਹ ਨਹੀਂ ਸੁਣਿਆ ਗਿਆ, ਤਾਂ ਉੱਥੇ ਕੰਬਲ 'ਚ ਆਹਿਸਤਾ ਬੋਲੀ ਆਹਿਸਤਾ ਆਹਿਸਤਾ ਪਾਪਾ। ਅੱਛਾ ਇੰਨੇ ਕੰਨ ਤੇਜ਼ ਹੁੰਦੇ ਨੇ ਇਹਨਾਂ ਦੇ, ਓਏ ਹੋਏ ਹੋਏ ਹੋਏ। ਆ ਸੁਣੋ ਜਿਹਨੇ ਮੈਂ ਗੱਲ ਸਮਝਾਉਣਾ ਚਾਹੁੰਦਾ ਸਾਂ, ਬਾਬਾ ਜੀ ਇਬਰਾਹਿਮ ਬੈਠੇ ਨਾ ਤੇ ਨੌ ਬੜੀ ਕਪੱਤੀ ਚਾਹੀਦਾ ਤੇ ਸੀ ਨਾ ਕਹਿਣਾ, ਬਾਬਾ ਜੀ ਆਏ ਨੇ ਤੇ ਕਹਿੰਦੇ ਨੇ ਪੁੱਤਰ ਇਸਮਾਇਲ ਕਿੱਥੇ ਆ, ਤੇ ਆ ਕਹਿਣਾ ਤੇ ਚਾਹੀਦਾ ਸੀ ਨਾ ਬਿਸਮਿਲ੍ਲਾਹ ਲਮਾ ਸਾਹਲਨ ਮਰਹਬਾ ਜੀ ਆਇਆਂ ਨੂੰ, ਅੱਬਾ ਜੀ ਬੈਠੋ ਰੋਟੀ ਲਿਆਵਾਂ ਪਾਣੀ ਲਿਆਵਾਂ। ਪਰ ਨੌ ਬੜੀ ਕਪੱਤੀ ਪਤਾ ਕਹਿੰਦੀ ਆਂਦੀ, ਬਾਬਾ ਜੀ ਕਿਹੜੇ ਇਸਮਾਇਲ ਦੀ ਗੱਲ ਕਰਦੇ ਜੇ, ਜਿਹੜਾ ਮੇਰੇ ਪੇਸ਼ ਪਿਆਵੇ ਜਿਹਦੇ ਨਾਲ ਮੈਂ ਲੜ ਲੱਗੀ ਏ, ਉਹ ਤੇ ਸ਼ਿਕਾਰ ਤੇ ਗਿਆ ਸ਼ਿਕਾਰੀ, ਤੇ ਪਤਾ ਨਹੀਂ ਕਿੰਨੇ ਕਿੰਨੇ ਮਹੀਨੇ ਘਰ ਨਹੀਂ ਆਉਂਦਾ। ਬਾਬਾ ਜੀ ਪੁੱਛਦੇ ਨੇ ਘਰ ਦਾ ਨਿਜ਼ਾਮ ਕਿਵੇਂ ਚੱਲਦਾ ਏ, ਹਾਫਜ਼ ਇਬਨ ਅਜਰ ਨੇ ਫਤਲ ਬਾਰੀ 'ਚ ਸ਼ਰ੍ਹਾਂ ਸਹੀ ਬੁਖਾਰੀ 'ਚ ਨਕਸ਼ਾ ਖਿੱਚਿਆ ਵੇ, ਸੁਣਿਆ ਜੇ ਤੇ ਆਉਂਦੇ ਨਾਲ ਸਹੀ ਬੁਖਾਰੀ ਦੀ ਸ਼ਰ੍ਹਾਂ ਫਤਲ ਬਾਰੀ, ਹਾਫਜ਼ ਇਬਨ ਅਜਰ ਅਸਕਲਾਨੀ ਰਹਿਮਾਉਲਾ ਲਿਖਦੇ ਕੀ ਪੈਣੇ, ਕਹਿੰਦੇ ਨੇ ਬੀਬੀ ਕਹਿੰਦੀ ਏ ਅੱਲਾਹ ਵਾਲਿਆ ਪਤਾ ਨਹੀਂ ਕਦੋਂ ਆਉਣਗੇ, ਭੁੱਖਾਂ ਨੱਚਦੀਆਂ ਪਈਆਂ, ਕਨਾਲੀ ਵੀ ਵੇਲੀ ਤੇ ਠੂਠਾ ਵੀ ਵੇਲਾ, ਧੂਲਿਆ ਕੰਨ ਖੋਲ ਕੇ ਗੱਲ ਸੁਣੀ, ਸਹੁਰਿਆਂ ਤੇ ਗੋਭੀ ਖਾਵੇ ਇੱਥੇ ਆ ਕੇ ਗੋਸ਼ਤ ਦੱਸਣਾ ਈ, ਨੌ ਸਹੁਰਿਆਂ ਤੇ ਗੋਭੀ ਖਾਵੇ ਪੇਕਿਆਂ ਤੇ ਗੋਸ਼ਤ ਦੱਸਣਾ ਵੇ, ਪਰ ਇੱਥੇ ਅੱਲਾ ਮਾਫ਼ ਕਰੇ ਸੱਸਾਂ ਵੀ ਕਈ ਬੜੀਆਂ ਅਫਲਾਤੂਨ ਹੁੰਦੀਆਂ ਨੇ, ਮਾੜਾ ਜਵਾਈ ਆਵੇ ਤੇ ਗੋਭੀ ਖੋਲਦੀਆਂ, ਤਗੜਾ ਜਵਾਈ ਛਾਪਰ ਭੜ ਕੇ ਆਵੇ ਕਾਲਾ ਕਿੰਨੂ ਸੇ ਚਿਤਰੀ ਵਾਲੇ ਕੇਲੇ, ਹੈ ਕਾਲਾ ਕਨੂ ਸੇ ਚਿਤਰੀ ਵਾਲੇ ਕੇਲੇ, ਮੱਖਣ ਵਾਲਿਆਂ ਦਾ ਹਲਵਾ ਸ਼ੇਖੂਪੁਰੇ ਦਾ, ਮੱਖਣ ਸਵੀਟ ਵਾਲਿਆਂ ਦਾ ਹਲਵਾ, ਛਾਪਰ ਭਰੇ ਹੋਣ ਤੇ ਬੂਹੋ ਲੰਘਦਾ ਹੈ ਨਾ, ਤੇ ਦੂਰੋਂ ਵੇਖ ਕੇ ਸੱਸਾਂ ਦੀਆਂ ਮੈਂ ਸ਼ੱਕਰੇ ਜਾ ਰਾਤ ਮੈਨੂੰ ਖਾਬ ਆਇਆ, ਮੇਰਾ ਚੰਨ ਆਇਆ, ਮੈਂ ਖਾਬ ਤੇ ਤੈਨੂੰ ਛਾਪਰਾਂ ਦੇ ਆਏ ਨੇ, ਹਾਂ ਛਾਪਰ ਭਰ ਕੇ ਲਿਜਾਣੇ, ਦੱਸਤਾ ਦੱਸਤਾ ਉਹ ਕਾਕਾ ਨਹੀਂ ਗਾ, ਮੇਰਾ ਚਾਨੂ ਨੂੰ ਦੱਸ ਦਿੱਤਾ ਹੈ ਸਹੁਰਿਆਂ ਤੇ ਛਾਪਰ ਭਰ ਕੇ, ਕਈ ਸਾਲੇ ਬੜੇ ਅੰਤਰੇ ਹੁੰਦੇ ਨੇ, ਮਾੜਾ ਭਣਵਈਆ ਆਵੇ ਉਹਨੂੰ ਪੁੱਛਦੇ ਨਹੀਂ, ਤੇ ਤਗੜੇ ਨੂੰ ਫੋਨ ਤੇ ਪੁੱਛ ਲੈ ਕਹਾਂ ਪਹੁੰਚੇ ਆਪਕੋ ਲੈਣੇ ਆਊ ਆਗੇ, ਤੂੰ ਮੰਦੇ ਤੋਂ ਨਹੀਂ ਹੋ ਬਾਜ਼ੀ 'ਚ ਪਕੜ ਕੇ ਲੈ ਆਊ। ਇਸ ਮਾਇਆ ਕੇ ਤੀਨ ਨਾਮ, ਪਰਸੂ ਪਰਸਾ ਪਰਸਰਾਮ, ਜਿਵੇਂ ਜਿਵੇਂ ਦੌਲਤ ਵਧੇ ਉਵੇਂ ਅਦਬ ਵਧਦਾ, ਉਹ ਚੱਲਿਆ ਜਵਾਈਆਂ ਦੀ ਇੱਜ਼ਤ ਦੌਲਤ ਨਾਲ ਨਹੀਂ ਕਰੀਦੀ, ਜਿਹਨੂੰ ਧੀ ਦਈਏ ਉਹਦੀ ਕਬਰ ਦੀ ਵੀ ਇੱਜ਼ਤ ਕਰੀਦੀ ਹੈ, ਧੀ ਦੇ ਕੇ ਤੇ ਪੁੱਤਰ ਬਣਾਈਦਾ ਹੈ ਨਾ, ਪਰ ਕਈ ਜਵਾਈ ਵੀ ਬੜੇ ਅੰਤਰੇ ਨੇ, 6 ਮਹੀਨੇ ਬਾਅਦ ਬੁੜੀ ਨੂੰ ਘਲਾਉਂਦੇ ਨੇ ਜਾ ਮਾਪਿਆਂ ਕੋਲ ਕੁਛ ਲਿਆ, ਉਹ ਚੰਗੀ ਹੋਵੇ ਨੀਲਾ ਥੋਥਾ ਲਿਆ ਕੇ ਦੇਵੇ, ਮਰ ਜਾ ਖਾਲਾ ਸੱਚੀ ਗੱਲ ਕਰ। ਆ ਕਈ ਮੁੰਡੇ ਅੱਲਾ ਜਾਂਦਾ ਸਾਲ ਨਹੀਂ ਲੰਘਣ ਦਿੰਦੇ, ਸਹੁਰਿਆਂ ਦੇ ਘੱਲ ਦਿੰਦੇ ਨੇ ਬੁੜੀ ਨੂੰ ਲਿਆ ਪੈਸੇ, ਬੰਦਾ ਪੁੱਛੇ ਉਹਨਾਂ ਤੈਨੂੰ ਵੱਡੀ ਤੇ ਕੁਰਬਾਨੀ ਤੇ ਕਰਨਾ ਜਿਹੜਾ ਪਾਲਣਦਾ ਵੀ ਤੂੰ ਕੰਮ ਕਰ ਮਰ ਕਮਾ ਕੇ ਖਾ। ਸਹੁਰਿਆਂ ਨੂੰ ਵੀ ਕਵਾਂਗਾ, ਜਵਾਈਆਂ ਨੂੰ ਵੀ ਕਵਾਂਗਾ, ਗੱਲਾਂ ਸਿੱਧੀਆਂ ਕਰਨ ਵਾਲਾ ਤੁਸਾਂ ਮੌਲਵੀ ਸੱਦਿਆ ਏ, ਤੇ ਮੈਂ ਗੱਲਾਂ ਸਮਝਾ ਕੇ ਕਰਨਾ ਹੈ, ਖੜਕਾ ਵਜਾ ਕੇ ਕਰਨਾ ਹੈ, ਤੇ ਕੱਲੀ ਗੱਲ ਕਰਨ ਲੱਗਾ ਏ। ਐ ਸੁਣਿਆ ਜੇ ਧਿਆਨ ਨਾਲ, ਮੀਆਂ ਸਾਹਿਬ ਫਰਮਾਉਂਦੇ ਨੇ ਲੱਖਾਂ ਬੇਰੇ ਬੇਰੀ ਨੂੰ ਲੱਗ ਦੇ
ਭੁੱਲਾ ਸਾਹਿਬ ਕਦੀ ਬੀਵੀ ਦਾ ਗੁੱਸਾ ਨਹੀਂ ਕਰਨਾ, ਸੱਸ ਦਾ ਗੁੱਸਾ ਨਹੀਂ ਕਰਨਾ, ਸਹੁਰੇ ਦਾ ਗੁੱਸਾ ਨਹੀਂ ਕਰਨਾ, ਰਿਸ਼ਤੇ ਲਿਭ ਜਾਣਗੇ ਕਿਵੇਂ, ਲੱਖਾਂ ਬੇਰੇ ਬੇਰੀ ਨੂੰ ਲੱਗਦੇ ਤੇ ਚੜ ਜਾਂਦੇ ਕਈ ਕੱਚੇ ਜਿਹੜੇ ਪੱਕਣ ਲਾਲ ਮੁਹੰਮਦ ਤੇ ਉਹ ਹੀ ਖਾਦੇ ਵੱਟੇ। ਮੀਆਂ ਸਾਹਿਬ ਫਰਮਾਉਂਦੇ ਨੇ ਓਏ ਗੱਲ ਸੁਣੋ, ਸਾਡੇ ਵਕਤਾਂ 'ਚ ਬੇਰੀਆਂ ਨੂੰ ਨਾ ਵੱਟੇ ਮਾਰ ਕੇ ਇੱਥੇ ਰਾਹ 'ਚ ਨਾ ਇੱਥੋਂ ਅਰਦਿਆਂ ਤੋਂ ਅਸੀਂ ਮੌਕਿਆਂ ਤੋਂ ਜਾਈਦਾ ਸੀ ਪਰਾਂ, ਤੇ ਬੁੱਲੇ ਜੱਟ ਦਾ ਡੇਰਾ ਹੁੰਦਾ ਸੀ ਰਾਹ 'ਚ, ਉੱਥੇ ਬੇਰੀ ਹੁੰਦੀ ਸੀ, ਬੇਰੀਆਂ ਅਸੀਂ ਖਲੋ ਕੇ ਤੇ ਬੇਰੀਆਂ ਬੇਰ ਖਾਣੇ, ਪਰਾਂ ਜਾਣਾ ਬੇਰ ਖਾਣੇ। ਮੈਂ ਤੁਹਾਨੂੰ ਦੱਸਣ ਲੱਗਾ ਸਾਡੇ ਦੌਰ 'ਚ ਵੱਟੇ ਮਾਰ ਕੇ ਨਾ ਬਾਬੇ ਡਾਂਗ ਲੈ ਕੇ ਵੀ ਬੇਰੀਆਂ ਕੋਲ ਬੈਠੇ ਹੁੰਦੇ ਸੀ, ਫਿਰ ਵੀ ਕੋਈ ਨਾ ਕੋਈ